ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ ਜਣੇ? ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅਤੇ ਮੈਂ ਸੰਦੀਪ ਗਿੱਲ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੀ ਹਾਂ ਆਪਣੇ ਚੈਨਲ 'ਤੇ। ਅੱਜ ਮੈਂ ਤੁਹਾਡੇ ਲਈ ਸਪੈਸ਼ਲ ਇੱਕ ਰੈਮਡੀ ਯਾਨੀ ਕਿ ਸਕਿਨ ਕੇਅਰ ਰੂਟੀਨ ਲੈ ਕੇ ਆਈ ਹਾਂ ਜੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ ਜਿਹੜਾ ਮੌਸਮ ਹੈਗਾ ਮੌਨਸੂਨ ਦਾ, ਯਾਨੀ ਕਿ ਬਾਰਿਸ਼ਾਂ ਸਟਾਰਟ ਹੋ ਗਈਆਂ ਨੇ, ਮੀਂਹ ਪੈਣੇ ਸਟਾਰਟ ਹੋ ਚੁੱਕੇ ਨੇ। ਅਤੇ ਇਸ ਮੌਸਮ ਦੇ ਵਿੱਚ ਜਿਹੜਾ ਸਪੈਸ਼ਲੀ ਆਪਣੀ ਸਕਿਨ ਦੀ ਕੇਅਰ ਕਰਨੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਇਹਨਾਂ ਲੋਕਾਂ ਦੀ ਜਿਹੜੀ ਬਹੁਤ ਜ਼ਿਆਦਾ ਓਇਲੀ ਸਕਿਨ ਹੁੰਦੀ ਹੈ, ਮੇਰੀ ਵੀ ਸਕਿਨ ਹੈ ਜਿਹੜੀ ਥੋੜ੍ਹੀ ਜਿਹੀ ਓਇਲੀ ਹੈ, ਜ਼ਿਆਦਾ ਨਹੀਂ, ਬਟ ਓਇਲੀ ਸਕਿਨ ਹੈਗੀ ਆ। ਸੋ ਇਸ ਤਰ੍ਹਾਂ ਸਕਿਨ ਆਪਣੀ ਬਿਲਕੁਲ ਚਿਪ ਚਿਪ ਕਰਨ ਲੱਗ ਜਾਂਦੀ ਹੈ ਇਸ ਮੌਸਮ ਦੇ ਵਿੱਚ। ਅਤੇ ਉਹਦੇ ਨਾਲ ਕੀ ਹੁੰਦਾ, ਆਪਣੀ ਸਕਿਨ ਦੇ ਉੱਪਰ ਡੱਟ ਜਮ੍ਹਾਂ ਹੋ ਜਾਂਦੀ ਹੈ, ਤਾਂ ਆਪਣੀ ਸਕਿਨ ਦੇ ਉੱਪਰ ਪਸੀਨਾ, ਇਸ ਤਰ੍ਹਾਂ ਸਕਿਨ ਹੈ ਜਿਹੜੀ ਬਿਲਕੁਲ ਚਿਪ ਚਿਪ ਕਰਦੀ ਰਹਿੰਦੀ ਹੈ, ਉਹਦੇ ਉੱਪਰ ਬਹੁਤ ਜ਼ਿਆਦਾ ਪਸੀਨਾ ਆ ਜਾਂਦਾ। ਉੱਪਰੋਂ ਡਸਟ ਦੀ ਵਜ੍ਹਾ ਕਾਰਨ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਂਦੀਆਂ ਸਕਿਨ ਨੂੰ, ਸਪੈਸ਼ਲੀ ਜਿਹੜੀ ਪਿੰਪਲਸ ਦੀ ਪ੍ਰੋਬਲਮ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ ਪ੍ਰੋਬਲਮਸ ਆਪਾਂ ਨੂੰ ਝੱਲਣੀਆਂ ਪੈਂਦੀਆਂ ਨੇ। ਉਸ ਤੋਂ ਪਹਿਲਾਂ ਆਪਾਂ ਇਸ ਮੌਸਮ ਦੇ ਵਿੱਚ ਹੈ ਜਿਹੜਾ, ਜੇਕਰ ਆਪਾਂ ਸਕਿਨ ਦਾ ਧਿਆਨ ਰੱਖੀਏ, ਥੋੜ੍ਹਾ ਜਿਹਾ ਆਪਣੀ ਸਕਿਨ ਲਈ ਟਾਈਮ ਕੱਢ ਲਈਏ, ਤਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਕਿਉਂਕਿ ਸਕਿਨ ਕੇਅਰ ਕਰਨੀ ਹੈ ਜਿਹੜੀ, ਸਕਿਨ ਦੀ ਦੇਖਭਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਸਪੈਸ਼ਲੀ ਇਸ ਮੌਸਮ ਦੇ ਵਿੱਚ। ਯਾਨੀ ਮੈਂ ਤੁਹਾਡੇ ਲਈ ਇੱਕ ਛੋਟਾ ਜਿਹਾ ਜਿਹੜਾ ਸਕਿਨ ਕੇਅਰ ਰੂਟੀਨ ਲੈ ਕੇ ਆਈ ਹਾਂ, ਉਹ ਸਾਰੇ ਸਟੈਪ ਨੂੰ ਤੁਸੀਂ ਫੋਲੋ ਕਰਕੇ ਆ ਜਿਹੜਾ ਸਕਿਨ ਦਾ ਚੰਗੀ ਤਰ੍ਹਾਂ ਜਿਹੜੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ ਆਪਣੀ ਦੀ, ਅਤੇ ਬਹੁਤ ਹੀ ਈਜ਼ੀ ਹੈ। ਅਤੇ ਸਾਰਾ ਜਿਹੜਾ ਸਮਾਨ ਹੈ ਤੁਹਾਨੂੰ ਘਰ ਵਿੱਚ ਹੀ ਮਿਲ ਜੂਗਾ। ਅਤੇ ਚਲੋ ਜੀ, ਆਪਾਂ ਸਟਾਰਟ ਕਰਦੇ ਹਾਂ। ਵੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਸਟੈਪ ਹੋਊਗਾ ਕਲਿੰਜਿੰਗ ਦਾ, ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਫੇਸ ਦੀ ਕਲਿੰਜਿੰਗ ਕਰਾਂਗੇ। ਤੁਸੀਂ ਆ ਜਿਹੜੀ ਸੁਬਾਹ ਸ਼ਾਮ ਇਸ ਤਰ੍ਹਾਂ ਜਿਹੜਾ ਇਹ ਕਲਿੰਜਿੰਗ ਫੇਸ ਦੀ ਕਰ ਸਕਦੇ ਹੋ। ਫੇਸ ਦੀ ਕਲਿੰਜਿੰਗ ਕਰਨ ਵਾਸਤੇ ਸਭ ਤੋਂ ਪਹਿਲਾਂ ਮੈਂ ਲੈ ਲਿਆ ਜੀ ਰੋ ਮਿਲਕ, ਯਾਨੀ ਕਿ ਕੱਚਾ ਦੁੱਧ। ਤੁਸੀਂ ਬੋਇਲਡ ਮਿਲਕ ਨਹੀਂ ਲੈਣਾ ਉਬਲਿਆ ਹੋਇਆ। ਇਹਦੇ ਵਿੱਚ ਜਿਹੜਾ ਆਪਾਂ ਨੂੰ ਇੱਕ ਚਾਹੀਦਾ ਲੈਮਨ, ਯਾਨੀ ਕਿ ਅੱਧਾ ਲੈਮਨ ਲੈ ਲਿਆ। ਆਪਾਂ ਲੈਮਨ ਦੇ ਜਿਹੜੇ ਬੀਜ਼ ਕੱਢ ਦਿਆਂਗੇ। ਸੋ ਕਦੋਂ ਵੀ ਜਦੋਂ ਵੀ ਆਪਾਂ ਕੋਈ ਰੈਮਡੀ ਟਰਾਈ ਕਰਦੇ ਹਾਂ, ਤਾਂ ਆਪਾਂ ਲੈਮਨ ਹੈ ਜਿਹੜਾ ਬੀਜ਼ ਆ ਕੱਢ ਹੀ ਦਿੰਦੇ ਹੁੰਦੇ ਹਾਂ। ਸੋ ਇਹ ਲੈਮਨ ਚਾਹੀਦਾ ਆਪਾਂ ਨੂੰ, ਲੈਮਨ ਯਾਨੀ ਕਿ ਨਿੰਬੂ ਅੱਧਾ। ਨਿੰਬੂ ਨੂੰ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਨਿਚੋੜ ਲਾਂਗੇ ਅੱਧੇ ਨੂੰ ਕੱਚੇ ਦੁੱਧ ਦੇ ਵਿੱਚ। ਇਹਦੇ ਨਾਲ ਫੇਸ ਦੀ ਬਹੁਤ ਵਧੀਆ ਕਲਿੰਜਿੰਗ ਹੁੰਦੀ ਹੈ। ਜੋ ਵੀ ਤੁਹਾਡੇ ਸਕਿਨ ਦੇ ਉੱਪਰ ਡਸਟ ਹੁੰਦੀ ਹੈ, ਜੋ ਵੀ ਬੈਕਟੀਰੀਆ ਹੁੰਦੇ ਆ ਸਕਿਨ ਦੇ ਉੱਪਰ, ਸਾਰੇ ਆ ਜਿਹੜੇ ਰਿਮੂਵ ਹੋ ਜਾਂਦੇ ਆ। ਅਤੇ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਆਪਾਂ ਦੋਨੇ ਚੀਜ਼ਾਂ ਨੂੰ, ਕੱਚੇ ਦੁੱਧ ਨੂੰ ਅਤੇ ਲੈਮਨ ਜੂਸ। ਅਤੇ ਹੁਣ ਆਪਾਂ ਕਰਾਂਗੇ ਫੇਸ ਦੀ ਕਲਿੰਜਿੰਗ। ਇਸ ਤਰ੍ਹਾਂ ਆਪਾਂ ਕੋਟਨ ਨੂੰ ਡਿਪ ਕਰ ਲਾਂਗੇ ਦੁੱਧ ਦੇ ਵਿੱਚ, ਅਤੇ ਇਸ ਤਰ੍ਹਾਂ ਫੇਸ ਦੀ ਆ ਜਿਹੜੀ ਕਲਿੰਜਿੰਗ ਕਰਾਂਗੇ ਚੰਗੀ ਤਰ੍ਹਾਂ। ਸੋ ਫੇਸ ਦੀ ਕਲਿੰਜਿੰਗ ਹੋ ਚੁੱਕੀ ਹੈ ਜੀ, ਠੰਡੇ ਪਾਣੀ ਨਾਲ ਮੈਂ ਫੇਸ ਨੂੰ ਧੋ ਲੂੰਗੀ। ਉਸ ਤੋਂ ਬਾਅਦ ਨੈਕਸਟ ਸਟੈਪ ਤੁਹਾਨੂੰ ਦੱਸੂੰਗੀ ਮੈਂ। ਅਤੇ ਮੈਂ ਫੇਸ ਨੂੰ ਇਹ ਜਿਹੜਾ ਚੰਗੀ ਤਰ੍ਹਾਂ ਵਾਸ਼ ਕਰ ਲਿਆ, ਅਤੇ ਹੁਣ ਆਪਾਂ ਇੱਕ ਟਾਵਲ ਦੀ ਮਦਦ ਨਾਲ ਫੇਸ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ। ਇਸ ਤਰ੍ਹਾਂ ਠੰਡੇ ਪਾਣੀ ਨਾਲ ਤੁਸੀਂ ਕਲਿੰਜਿੰਗ ਕਰਨ ਤੋਂ ਬਾਅਦ ਹੈ ਜਿਹੜਾ ਫੇਸ ਨੂੰ ਧੋ ਲਾਂਗੇ ਆਪਾਂ। ਇਸ ਨਾਲ ਆਪਣੀ ਜਿਹੜੀ ਸਕਿਨ ਦੇ ਉੱਪਰ ਜਿੰਨੀ ਵੀ ਡਸਟ ਹੋਊਗੀ, ਸੋ ਸਾਰੀ ਹੈ ਜਿਹੜੀ ਕਲੀਨ ਹੋਜੂ, ਫੇਸ ਬਿਲਕੁਲ ਕਲੀਨ ਹੋਜੂ ਆਪਣਾ। ਸੋ ਨੈਕਸਟ ਸਟੈਪ ਹੈ ਜਿਹੜਾ ਆਪਾਂ ਫੋਲੋ ਕਰਾਂਗੇ ਹੁਣ ਆਪਣੇ ਜਿਹੜਾ ਮੌਨਸੂਨ ਸਕਿਨ ਕੇਅਰ ਰੂਟੀਨ ਦੇ ਲਈ। ਇਹ ਵਾਲਾ ਜਿਹੜਾ ਮੈਂ ਤੁਹਾਨੂੰ ਰੂਟੀਨ ਦੱਸ ਰਹੀ ਹਾਂ ਜੀ, ਇਹ ਓਇਲੀ ਸਕਿਨ ਲਈ ਆ ਜੀ। ਆਪਣਾ ਸਕ੍ਰੱਬ ਕਰਾਂਗੇ ਆਪਾਂ। ਸਕ੍ਰੱਬ ਕਰਨ ਦੇ ਲਈ ਆਪਾਂ ਨੂੰ ਇੱਕ ਚਾਹੀਦਾ ਟਮਾਟਰ, ਯਾਨੀ ਕਿ ਟਮੈਟੋ। ਇਹਨੂੰ ਅੱਧਾ ਕੱਟ ਲਿਆ ਆਪਾਂ, ਬਿਲਕੁਲ ਰੈੱਡ ਵਾਲਾ ਟਮਾਟਰ ਹੈ। ਟਮਾਟਰ ਦੇ ਉੱਪਰ ਆਪਾਂ ਪਾਵਾਂਗੇ ਕੌਫੀ, ਇਸ ਤਰ੍ਹਾਂ ਪੈਕਟ ਵਾਲੀ ਵੀ ਤੁਹਾਨੂੰ ਈਜ਼ੀਲੀ ਹੈ ਜਿਹੜੀ ਮਿਲ ਜੂਗੀ ਕੌਫੀ। ਅਤੇ ਤੁਸੀਂ ਇਹ ਜਿਹੜਾ ਅੱਧਾ ਕੁ ਚਮਚ ਪਾ ਸਕਦੇ ਹੋ ਕੌਫੀ ਦਾ, ਅਤੇ ਜਾਂ ਤੁਹਾਨੂੰ ਇੱਕ ਬੋਟਲ ਦੇ ਵਿੱਚ ਇੱਕ ਪੈਕਿੰਗ ਦੇ ਵਿੱਚ ਵੀ ਜਿਹੜੀ ਕੌਫੀ ਮਿਲ ਜੂਗੀ। ਇਸ ਤਰ੍ਹਾਂ ਆਪਾਂ ਕੌਫੀ ਹੈ ਜਿਹੜੀ ਟਮਾਟਰ ਦੇ ਉੱਪਰ ਲਗਾ ਲਈ ਹੈ। ਸੋ ਇਹ ਆਪਣਾ ਸਿੰਪਲ ਜਿਹਾ ਜਿਹੜਾ ਇੱਕ ਸਕ੍ਰੱਬ ਵਾਲਾ ਸਟੈਪ ਹੈ। ਦੋ ਦੋ ਤਿੰਨ ਮਿੰਟ ਹੈ ਜਿਹੜਾ ਆਪਾਂ ਫੇਸ ਦੀ ਸਕ੍ਰੱਬਿੰਗ ਕਰਾਂਗੇ, ਬਿਲਕੁਲ ਜੈਂਟਲ, ਬਿਲਕੁਲ ਜਿਹੜੀ ਨਰਮ ਹੱਥਾਂ ਨਾਲ ਸਕ੍ਰੱਬਿੰਗ ਕਰਾਂਗੇ। ਜ਼ਿਆਦਾ ਰੱਬ ਨਹੀਂ ਕਰਾਂਗੇ ਆਪਾਂ ਫੇਸ ਨੂੰ, ਅਤੇ ਇਸ ਤਰ੍ਹਾਂ ਆਪਾਂ ਸਕ੍ਰੱਬ ਕਰ ਲਾਂਗੇ। ਇਸ ਨਾਲ ਕੀ ਹੋਊਗਾ ਕਿ ਸਕ੍ਰੱਬ ਨਾਲ ਤੁਹਾਡੀ ਸਕਿਨ ਬਹੁਤ ਹੀ ਜ਼ਿਆਦਾ ਬ੍ਰਾਈਟ ਬਣੂਗੀ, ਅਤੇ ਤੁਹਾਡੀ ਸਕਿਨ 'ਤੇ ਇੱਕ ਨੈਚੁਰਲ ਗਲੋ ਆਊਗਾ। ਸੋ ਜਿਹੜਾ ਕਲਿੰਜਿੰਗ ਵਾਲਾ ਤੁਹਾਨੂੰ ਸਟੈਪ ਦੱਸਿਆ, ਉਸਨੂੰ ਤੁਸੀਂ ਰੋਜ਼ ਫੋਲੋ ਕਰਨਾ ਹੈਗਾ। ਅਤੇ ਇਹ ਵਾਲਾ ਸਕ੍ਰੱਬ ਹੈ ਜਿਹੜਾ ਤੁਸੀਂ ਹਫ਼ਤੇ ਦੇ ਵਿੱਚ ਸਿਰਫ 2 ਤੋਂ 3 ਵਾਰ ਹੀ ਯੂਜ਼ ਕਰਨਾ ਹੈ। ਅਤੇ ਹੁਣ ਮੈਂ ਠੰਡੇ ਪਾਣੀ ਦੀ ਮਦਦ ਨਾਲ ਜਿਹੜਾ ਜੀ ਆਪਣੇ ਫੇਸ ਨੂੰ ਕਲੀਨ ਕਰ ਲਿਆ ਸਕ੍ਰੱਬ ਕਰਨ ਤੋਂ ਬਾਅਦ। ਦੇਖੋ, ਤੁਹਾਨੂੰ ਦਿਖ ਰਿਹਾ ਹੋਊਗਾ ਕਿੰਨਾ ਜਿਹੜਾ ਫਰਕ ਪੈ ਗਿਆ ਸਕਿਨ ਦੇ ਉੱਪਰ, ਕਿੰਨੀ ਜ਼ਿਆਦਾ ਗਲੋ ਆ ਚੁੱਕੀ ਹੈ ਸਕ੍ਰੱਬ ਕਰਨ ਤੋਂ ਬਾਅਦ। ਸੋ ਫੇਸ ਨੂੰ ਆ ਜਿਹੜਾ ਤੁਸੀਂ ਟਾਵਲ ਦੀ ਮਦਦ ਨਾਲ ਇਸ ਤਰ੍ਹਾਂ, ਬਿਲਕੁਲ ਜਿਵੇਂ ਮੈਂ ਸਾਫ਼ ਕਰ ਰਹੀ ਹਾਂ ਫੇਸ ਨੂੰ, ਇਸ ਤਰ੍ਹਾਂ ਕਰਨਾ। ਤੁਸੀਂ ਇਸ ਤਰ੍ਹਾਂ ਸਾਫ਼ ਨਹੀਂ ਕਰਨਾ, ਬਿਲਕੁਲ ਕਲੀਨ ਹੋ ਚੁੱਕਿਆ ਹੈ। ਸੋ ਨੈਕਸਟ ਸਟੈਪ ਹੈ ਯਾਨੀ ਕਿ ਆਪਣਾ ਤੀਜਾ ਸਟੈਪ ਹੈ ਜੀ ਟੋਨਰ। ਟੋਨਰ ਸਕਿਨ ਲਈ ਬਹੁਤ ਜ਼ਰੂਰੀ ਹੁੰਦਾ। ਟੋਨਰ ਤੁਸੀਂ ਘਰ ਵਿੱਚ ਹੀ ਹੈ ਜਿਹੜੇ ਬਹੁਤ ਤਰੀਕਿਆਂ ਦੇ ਬਣਾ ਸਕਦੇ ਹੋ, ਬਟ ਸਕਿਨ ਦੇ ਅਕੋਰਡਿੰਗ ਬਣਾ ਸਕਦੇ ਹੋ। ਜੇ ਤੁਹਾਡੀ ਸਕਿਨ ਓਇਲੀ ਹੈ ਜਾਂ ਡਰਾਈ, ਉਹਦੇ ਲਈ ਤੁਸੀਂ ਟੋਨਰ ਬਣਾ ਸਕਦੇ ਹੋ। ਸੋ ਇੱਥੇ ਜਿਹੜਾ ਮੈਂ ਤੁਹਾਨੂੰ ਵਾਰ ਵਾਰ ਦੱਸ ਰਹੀ ਹਾਂ ਵੀ ਮੈਂ ਓਇਲੀ ਸਕਿਨ ਲਈ ਹੈ ਜਿਹੜਾ
ਤੁਹਾਡੇ ਨਾਲ ਸਕਿਨ ਕੇਅਰ ਰੂਟੀਨ ਹੈ ਸ਼ੇਅਰ ਕਰ ਰਹੀ ਹਾਂ, ਅਤੇ ਮੈਂ ਓਇਲੀ ਸਕਿਨ ਲਈ ਜਿਹੜਾ ਟੋਨਰ ਬਣਾਉਂਗੀ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ, ਕਿਵੇਂ ਬਣੂਗਾ ਤੁਹਾਨੂੰ ਦੱਸ ਦੇਣੀ ਹੈ। ਟੋਨਰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਅੱਧਾ ਲੈਮਨ, ਇਹਦਾ ਆਪਾਂ ਜੂਸ ਲੈ ਲਾਂਗੇ, ਫਰੈਸ਼ ਲੈਮਨ ਜੂਸ ਲਵਾਂਗੇ। ਬੀਜ ਆ ਜਿਹੜੇ ਆਪਾਂ ਕੱਢ ਦਿਆਂਗੇ, ਅਤੇ ਜੇ ਤੁਸੀਂ ਜ਼ਿਆਦਾ ਟੋਨਰ ਬਣਾ ਕੇ ਰੱਖਣਾ ਤਾਂ ਤੁਸੀਂ ਜ਼ਿਆਦਾ ਜਿਹੜਾ ਮਾਤਰਾ ਦੇ ਵਿੱਚ ਇਹ ਸਮਾਨ ਮੈਂ ਤੁਹਾਨੂੰ ਦੱਸ ਰਹੀ ਹਾਂ, ਜ਼ਿਆਦਾ ਕੁਆਂਟਿਟੀ ਦੇ ਵਿੱਚ ਜਿਹੜਾ ਸਮਾਨ ਯੂਜ਼ ਕਰ ਸਕਦੇ ਤੁਸੀਂ ਸਾਰਾ। ਬੀਜ ਆ ਜਿਹੜਾ ਆਪਾਂ ਕੱਢ ਦਿਆਂਗੇ ਵਿੱਚੋਂ। ਹੁਣ ਇਹਦੇ ਵਿੱਚ ਆਪਾਂ ਗਲਿਸਰੀਨ ਪਾਵਾਂਗੇ, ਜੇਕਰ ਤੁਹਾਡੀ ਸਕਿਨ ਓਇਲੀ ਹੈ, ਜਿਵੇਂ ਮੈਂ ਓਇਲੀ ਸਕਿਨ ਲਈ ਦੱਸ ਰਹੀ ਹਾਂ, ਤਾਂ ਤੁਸੀਂ ਇੰਨੇ ਦੇ ਵਿੱਚ ਜਿਹੜਾ ਅੱਧੇ ਚਮਚ ਤੋਂ ਵੀ ਘੱਟ ਹੈ ਜਿਹੜਾ ਗਲਿਸਰੀਨ ਪਾਉਣਾ, ਅਤੇ ਥੋੜ੍ਹਾ ਜਿਹਾ ਗਲਿਸਰੀਨ ਪਾਵਾਂਗੇ ਆਪਾਂ, ਜ਼ਿਆਦਾ ਨਹੀਂ ਪਾਵਾਂਗੇ। ਇਹਦੇ ਵਿੱਚ ਪਾਵਾਂਗੇ ਗੁਲਾਬ ਜਲ, ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਮਿਲ ਜਾਂਦਾ। ਇਹ ਵੀ ਆਪਾਂ ਇੱਕ ਢੱਕਣ ਤੋਂ ਘੱਟ ਪਾਵਾਂਗੇ, ਥੋੜ੍ਹਾ ਜਿਹਾ ਗੁਲਾਬ ਜਲ ਥੋੜ੍ਹਾ ਘੱਟ ਪਾਵਾਂਗੇ ਇੱਕ ਢੱਕਣ ਤੋਂ। ਅਤੇ ਨੈਕਸਟ ਅਤੇ ਲਾਸਟ ਜਿਹੜਾ ਆਪਣਾ ਇਹਦੇ ਵਿੱਚ ਜਾਊਗਾ ਪਤੰਜਲੀ ਜੈਲ, ਤੁਸੀਂ ਫਰੈਸ਼ ਵੀ ਹੈ ਜਿਹੜੀ ਜੈਲ ਯੂਜ਼ ਕਰ ਸਕਦੇ ਹੋ। ਸੋ ਮੈਂ ਇੱਥੇ ਐਲੋਵੇਰਾ ਜੈਲ ਹੈ ਜਿਹੜੀ ਪਤੰਜਲੀ ਦੀ ਯੂਜ਼ ਕਰੂੰਗੀ ਇੱਕ ਚਮਚ, ਤਾਂ ਥੋੜ੍ਹੀ ਜਿਹੀ ਘੱਟ। ਅਤੇ ਚਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ, ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ। ਅਤੇ ਟੋਨਰ ਹੈ ਜਿਹੜਾ ਆਪਣਾ ਰੈਡੀ ਹੋ ਗਿਆ, ਤੁਸੀਂ ਇਹਨੂੰ ਇੱਕ ਸਪਰੇਅ ਬੋਟਲ ਦੇ ਵਿੱਚ ਕੱਢ ਕੇ ਫਰਿੱਜ 'ਚ ਰੱਖ ਸਕਦੇ ਹੋ। ਇਸ ਤਰ੍ਹਾਂ ਬਿਲਕੁਲ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ, ਅਤੇ ਟੋਨਰ ਰੈਡੀ ਹੋ ਗਿਆ ਆਪਣਾ। ਟੋਨਰ ਹੈ ਰੈਡੀ ਕਰ ਲਿਆ ਜੀ, ਆਪਾਂ ਸਕਿਨ ਦੇ ਉੱਪਰ ਜਿਹੜਾ ਟੋਨਰ ਨੂੰ ਇਸ ਤਰ੍ਹਾਂ ਹੱਥਾਂ ਦੀ ਮਦਦ ਨਾਲ ਲਗਾ ਲਾਂਗੇ, ਬਿਲਕੁਲ ਜ਼ਿਆਦਾ ਹਲਕਾ ਲਗਾਵਾਂਗੇ, ਬਿਲਕੁਲ ਥੋੜ੍ਹਾ ਥੋੜ੍ਹਾ ਲਗਾਵਾਂਗੇ ਇਸ ਤਰ੍ਹਾਂ ਸਕਿਨ ਦੇ ਉੱਪਰ ਹਲਕੀ ਹੱਥਾਂ ਨਾਲ। ਅਤੇ ਇਹਨੂੰ ਤੁਸੀਂ ਸਪਰੇਅ ਬੋਟਲ ਦੇ ਵਿੱਚ ਵੀ, ਤੁਹਾਨੂੰ ਮਾਰਕੀਟ ਦੇ ਵਿੱਚ ਈਜ਼ੀਲੀ ਹੈ ਜਿਹੜੀਆਂ ਛੋਟੀ ਛੋਟੀਆਂ ਸਪਰੇਅ ਬੋਟਲ ਮਿਲ ਜਾਣਗੀਆਂ, ਆਪਣੇ ਘਰ ਖਾਲੀ ਹੋ ਜਾਂਦੀਆਂ, ਲੇਕਿਨ ਉਹਦੇ ਵਿੱਚ ਕੱਢ ਸਕਦੇ ਹੋ। ਸੋ ਉਸ ਤਰ੍ਹਾਂ ਵੀ ਸਪਰੇਅ ਹੈ ਜਿਹੜੀ ਇੰਨੀ ਕੁ ਦੂਰੀ 'ਤੇ ਰੱਖ ਕੇ ਤੁਸੀਂ ਬੋਟਲ ਨੂੰ ਆਪਣੇ ਫੇਸ ਦੇ ਉੱਪਰ ਕਰ ਸਕਦੇ ਹੋ। ਇਹਨੂੰ ਤੁਸੀਂ ਹੈ ਜਿਹੜਾ ਡੇਲੀ ਯੂਜ਼ ਕਰ ਸਕਦੇ ਹੋ, ਮੋਰਨਿੰਗ 'ਚ ਜਿਹੜਾ ਤੁਹਾਡਾ ਸਕਿਨ ਕੇਅਰ ਰੂਟੀਨ ਹੁੰਦਾ ਤੁਸੀਂ ਉਦੋਂ ਇਹਨੂੰ ਯੂਜ਼ ਕਰ ਸਕਦੇ ਹੋ ਟੋਨਰ ਨੂੰ। ਟੋਨਰ ਆਪਣੀ ਸਕਿਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਮੈਂ ਤੁਹਾਨੂੰ ਡਿਟੇਲ ਦੇ ਵਿੱਚ ਹੈ ਜਿਹੜੀ ਵੀਡੀਓ ਬਣਾ ਕੇ ਦੱਸ ਦੂੰਗੀ, ਵੀ ਟੋਨਰ ਵੀ ਹੈ ਜਿਹੜੇ ਇੱਕ ਦੋ ਬਣਾਉਣੇ ਦੱਸ ਦੂੰਗੀ, ਅਤੇ ਡਰਾਈ ਸਕਿਨ ਲਈ ਵੀ ਦੱਸ ਦੂੰਗੀ। ਸੋ ਇਸ ਤਰ੍ਹਾਂ ਤੁਸੀਂ ਇਹਨੂੰ ਨਾਈਟ ਰੂਟੀਨ ਦੇ ਵਿੱਚ ਵੀ ਜਿਹੜਾ ਸਕਿਨ ਦੇ ਉੱਪਰ ਲਗਾ ਸਕਦੇ ਹੋ, ਮੇਕਅਪ ਅਪਲਾਈ ਕਰਨ ਤੋਂ ਪਹਿਲਾਂ ਵੀ ਲਗਾ ਸਕਦੇ ਹੋ, ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਟੋਨਰ ਦੇ ਆਪਣੀ ਸਕਿਨ ਨੂੰ। ਸੋ ਇਸ ਤਰ੍ਹਾਂ ਤੁਸੀਂ ਟੋਨਰ ਨੂੰ ਜਿਹੜਾ ਸਕਿਨ ਦੇ ਉੱਪਰ ਅਪਲਾਈ ਕਰਨਾ। ਅਤੇ ਇਸ ਤੋਂ ਬਾਅਦ ਨੈਕਸਟ ਆਪਣਾ ਸਟੈਪ ਹੋਊਗਾ ਜੀ ਫੇਸ ਪੈਕ, ਅਤੇ ਫੇਸ ਪੈਕ ਬਣਾਵਾਂਗੇ ਹੁਣ ਆਪਾਂ। ਅਤੇ ਨੈਕਸਟ ਆਪਾਂ ਬਣਾਵਾਂਗੇ ਜੀ ਫੇਸ ਪੈਕ। ਫੇਸ ਪੈਕ ਬਣਾਉਣ ਵਾਸਤੇ ਆਪਾਂ ਇੱਥੇ ਲਵਾਂਗੇ ਇੱਕ ਚਮਚ ਮੁਲਤਾਨੀ ਮਿੱਟੀ, ਜੋ ਕਿ ਤੁਹਾਨੂੰ ਕਿਸੇ ਵੀ ਸ਼ੋਪ ਤੋਂ ਬਹੁਤ ਹੀ ਆਸਾਨ ਤਰੀਕੇ ਨਾਲ ਮਿਲ ਜੂਗੀ। ਅਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਗੁਲਾਬ ਜਲ, ਇਹਦਾ ਆਪਾਂ ਫੇਸ ਪੈਕ ਬਣਾਉਣਾ, ਜ਼ਿਆਦਾ ਗੁਲਾਬ ਜਲ ਨਹੀਂ ਆਪਾਂ ਪਾਵਾਂਗੇ, ਜਿੰਨੇ ਨਾਲ ਆਪਣਾ ਫੇਸ ਪੈਕ ਹੈ ਜਿਹੜਾ ਬਣ ਕੇ ਰੈਡੀ ਹੋ ਜੂਗਾ, ਅਤੇ ਉਹਨਾਂ ਕੁ ਆਪਾਂ ਗੁਲਾਬ ਜਲ ਹੈ ਜਿਹੜਾ ਯੂਜ਼ ਕਰਾਂਗੇ। ਇਹਨਾਂ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ। ਤੁਸੀਂ ਚਾਹੋ ਇਹਦੇ ਵਿੱਚ ਦਹੀਂ ਦਾ ਯੂਜ਼ ਵੀ ਕਰ ਸਕਦੇ ਹੋ, ਥੋੜ੍ਹਾ ਗੁਲਾਬ ਜਲ ਹੋਰ ਲੱਗੂਗਾ, ਆਪਾਂ ਥੋੜ੍ਹਾ ਜਿਹਾ ਗੁਲਾਬ ਜਲ ਹੋਰ ਪਾ ਲਾਂਗੇ। ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਆਪਾਂ ਆਪਣਾ ਫੇਸ ਪੈਕ ਇਸ ਤਰ੍ਹਾਂ। ਸੋ ਇਹ ਬਣ ਗਿਆ ਆਪਣਾ ਫੇਸ ਪੈਕ। ਫੇਸ ਪੈਕ ਆਪਣਾ ਹੋ ਗਿਆ ਰੈਡੀ। ਫੇਸ ਪੈਕ ਨੂੰ ਜਿਹੜਾ ਕਿਸੇ ਵੀ ਸਕਿਨ ਵਾਲੇ ਆ ਲਗਾ ਸਕਦੇ ਨੇ, ਭਾਵੇਂ ਓਇਲੀ ਹੋਵੇ, ਭਾਵੇਂ ਕੋਂਬੀਨੇਸ਼ਨ ਸਕਿਨ ਹੋਵੇ, ਅਤੇ ਭਾਵੇਂ ਡਰਾਈ ਸਕਿਨ ਹੋਵੇ। ਸੋ ਫੇਸ ਦੇ ਉੱਪਰ ਕਰ ਲਾਂਗੇ ਆਪਾਂ ਅਪਲਾਈ, ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ, ਫਿੰਗਰ ਦੀ ਮਦਦ ਨਾਲ ਵੀ ਹੈ ਜਿਹੜਾ ਫੇਸ ਪੈਕ ਨੂੰ ਅਪਲਾਈ ਕਰ ਸਕਦੇ ਹੋ। ਸਕਿਨ ਦੇ ਉੱਪਰ ਆਪਾਂ ਅਪਲਾਈ ਕਰ ਲਾਂਗੇ ਇਸ ਤਰ੍ਹਾਂ ਫੇਸ ਪੈਕ, ਅਤੇ ਇਹਨੂੰ ਆਪਾਂ 15 ਤੋਂ 20 ਮਿੰਟ ਹੈ ਜਿਹੜਾ ਫੇਸ ਪੈਕ ਨੂੰ ਰੱਖਾਂਗੇ। ਉਸ ਤੋਂ ਬਾਅਦ ਠੰਡੇ ਪਾਣੀ ਨਾਲ ਜਿਹੜਾ ਫੇਸ ਨੂੰ ਵਾਸ਼ ਕਰ ਲਾਂਗੇ, ਅਤੇ ਆਪਣਾ ਕੰਪਲੀਟ ਹੋ ਗਿਆ ਜੀ ਇਹ ਮੌਨਸੂਨ ਸਕਿਨ ਕੇਅਰ ਰੂਟੀਨ। ਸੋ ਇਸ ਨੂੰ ਜ਼ਰੂਰ ਫੋਲੋ ਕਰੋ ਸਾਰੇ ਜਣੇ ਇਸ ਸੀਜ਼ਨ ਦੇ ਵਿੱਚ, ਇਸ ਜਿਹੜਾ ਹੁਣ ਵੈਦਰ ਚੱਲ ਰਿਹਾ ਇਸ ਤਰ੍ਹਾਂ ਚੇਂਜ ਹੋ ਰਿਹਾ, ਅਤੇ ਸਕਿਨ ਦੇ ਉੱਪਰ ਕਾਫੀ ਜ਼ਿਆਦਾ, ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਪ੍ਰੋਬਲਮਸ ਹੋ ਜਾਂਦੀਆਂ ਉਸ ਤੋਂ ਪਹਿਲਾਂ ਹੀ ਹੈ ਜਿਹੜਾ ਇਸ ਰੂਟੀਨ ਨੂੰ ਫੋਲੋ ਕਰਕੇ ਆਪਣੀ ਸਕਿਨ ਦਾ ਧਿਆਨ ਰੱਖੋ ਜੀ। ਵੇਟ ਕਰਦੇ ਹਾਂ ਜੀ 15 ਤੋਂ 20 ਮਿੰਟ। ਦੇਖੋ ਜੀ ਫੇਸ ਨੂੰ ਜਿਹੜਾ ਵਾਸ਼ ਕਰ ਲਿਆ ਚੰਗੀ ਤਰ੍ਹਾਂ, ਅਤੇ
ਜਿਹੜਾ 15 ਕੁ ਮਿੰਟ ਹੈ 12 ਕੁ ਮਿੰਟ ਆਪਾਂ ਰੱਖ ਲਿਆ ਸੀਗਾ ਫੇਸ ਪੈਕ ਨੂੰ ਫੇਸ ਦੇ ਉੱਪਰ, ਜ਼ਿਆਦਾ ਡਰਾਈ ਨਹੀਂ ਕਰਨਾ ਤੁਸੀਂ, ਬਿਲਕੁਲ ਹਲਕਾ ਜਿਹਾ ਜਦੋਂ ਸੁੱਕ ਜੂਗਾ ਉਸ ਤੋਂ ਬਾਅਦ ਆਪਣੀ ਫੇਸ ਨੂੰ ਜਿਹੜਾ ਬਿਲਕੁਲ ਤੁਸੀਂ ਜਿਹੜਾ ਠੰਡੇ ਪਾਣੀ ਨਾਲ ਕਲੀਨ ਕਰ ਲੈਣਾ। ਇਹ ਦੇਖੋ ਤੁਹਾਨੂੰ ਦਿਖ ਰਿਹਾ ਹੋਊਗਾ ਕਿੰਨਾ ਵਧੀਆ ਰਿਜ਼ਲਟ ਆਉਂਦਾ ਹੈ। ਸੋ ਜਾਂ ਸਾਰਾ ਇਸ ਤਰ੍ਹਾਂ ਤੁਸੀਂ ਸਕਿੰਨ ਕੇਅਰ ਹੈ ਜਿਹੜਾ ਫੋਲੋ ਕਰੋ ਅਤੇ ਤੁਹਾਡੀ ਸਕਿੰਨ ਦੇ ਉੱਪਰ ਬਹੁਤ ਵਧੀਆ ਜਿਹੜੇ ਰਿਜ਼ਲਟ ਆਉਣਗੇ ਇਸ ਚੀਜ਼ ਦੇ ਫੋਲੋ ਕਰਕੇ ਰੂਟੀਨ ਨੂੰ। ਅਤੇ ਜਿਹੜਾ ਆਪਾਂ ਫੇਸ ਪੈਕ ਲਗਾਇਆ ਤੁਹਾਡੀ ਸਕਿੰਨ ਨੂੰ ਬਹੁਤ ਜ਼ਿਆਦਾ ਬ੍ਰਾਈਟ ਬਣਾਉਂਦਾ, ਗਲੋਇੰਗ ਬਣਾਉਂਦਾ ਅਤੇ ਸਕਿੰਨ ਨੂੰ ਹੈਲਦੀ ਰੱਖਦਾ। ਸੋ ਇਹ ਫੇਸ ਪੈਕ ਤੁਸੀਂ ਹੈ ਜਿਹੜਾ ਹਫ਼ਤੇ ਦੇ ਵਿੱਚ ਇੱਕ ਵਾਰ ਤਾਂ ਜ਼ਰੂਰ ਟਰਾਈ ਕਰ ਹੀ ਸਕਦੇ ਹੋ। ਫੇਸ ਪੈਕ ਤਾਂ ਜ਼ਰੂਰੀ ਹੁੰਦਾ ਆਪਣੇ ਫੇਸ ਨੂੰ ਵੀ ਆਪਾਂ ਲਗਾਉਂਦੇ ਰਹਿੰਦੇ ਹਾਂ। ਅਤੇ ਬਾਕੀ ਇਹ ਸਾਰਾ ਮੈਂ ਤੁਹਾਡੇ ਨਾਲ ਜਿਹੜਾ ਸਕਿੰਨ ਕੇਅਰ ਰੂਟੀਨ ਸ਼ੇਅਰ ਕੀਤਾ ਜੀ, ਤੁਸੀਂ ਇਸ ਤਰ੍ਹਾਂ ਨੂੰ ਫੋਲੋ ਕਰਕੇ ਆਪਣੀ ਸਕਿੰਨ ਦੀ ਜਿਹੜੇ ਸੀਜ਼ਨ ਦੇ ਵਿੱਚ ਮੌਨਸੂਨ ਸੀਜ਼ਨ ਦੇ ਵਿੱਚ ਦੇਖਭਾਲ ਕਰ ਸਕਦੇ ਹੋ ਅਤੇ ਕੁਛ ਜਿਹੜੇ ਟਿਪਸ ਹੈ ਉਹਨਾਂ ਤੁਸੀਂ ਫੋਲੋ ਕਰ ਸਕਦੇ ਹੋ। ਸੋ ਟਿਪ ਨੰਬਰ 1 ਇਹ ਹੈ ਜੀ ਵੀ ਤੁਸੀਂ ਹੈ ਜਿਹੜਾ 8 ਤੋਂ 12 ਗਲਾਸ ਪਾਣੀ ਹੈ ਡੇਲੀ ਜ਼ਰੂਰ ਪੀਓ, ਜਿਹਦੇ ਨਾਲ ਕੀ ਹੋਊਗਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਨੋਰਮਲੀ ਵੀ ਜਦੋਂ ਆਪਾਂ ਵੱਧ ਤੋਂ ਵੱਧ ਪਾਣੀ ਪੀਂਦੇ ਆਪਣੀ ਸਕਿੰਨ ਆ ਜਿਹੜੀ ਬਹੁਤ ਜ਼ਿਆਦਾ ਗਲੋ ਕਰਦੀ ਹੈ, ਸਕਿੰਨ ਨੂੰ ਹਾਈਡਰੇਟ ਰੱਖਦਾ, ਸਕਿੰਨ ਗਲੋਇੰਗ ਬਣਦੀ ਹੈ, ਬਹੁਤ ਜ਼ਿਆਦਾ ਜਿਹੜੀ ਕਲੀਅਰ ਬਣਦੀ ਹੈ ਸਕਿੰਨ ਪਾਣੀ ਦੇ ਨਾਲ। ਸੋ ਰੋਜ਼ ਆ ਜਿਹੜਾ ਡੇਲੀ 8 ਤੋਂ 12 ਗਲਾਸ ਪਾਣੀ ਜ਼ਰੂਰ ਪੀਓ। ਨੈਕਸਟ ਹੈ ਤੁਸੀਂ ਇਸ ਸੀਜ਼ਨ ਦੇ ਵਿੱਚ, ਯਾਨੀ ਕਿ ਜਿਹੜਾ ਹੁਣ ਮੌਨਸੂਨ ਸੀਜ਼ਨ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਇਸ ਸੀਜ਼ਨ ਦੇ ਵਿੱਚ ਜਿਹੜਾ ਤੁਸੀਂ ਵੱਧ ਤੋਂ ਵੱਧ ਇਹ ਫਰੂਟ ਖਾਓ। ਨੈਕਸਟ ਤੁਸੀਂ ਜਦੋਂ ਵੀ ਫਰੂਟ ਖਾਓ ਤਾਂ ਫਰੂਟਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ ਅਤੇ ਪਾਣੀ ਜਦੋਂ ਵੀ ਤੁਸੀਂ ਪੀਓ ਤਾਂ ਫਿਲਟਰ ਵਾਲਾ ਪਾਣੀ ਜਾਂ ਪਾਣੀ ਨੂੰ ਉਬਾਲ ਕੇ ਹੀ ਪੀਓ। ਇਹ ਨਹੀਂ ਹੈਗਾ ਗਰਮ ਪਾਣੀ ਪੀਣਾ, ਕੋਸਾ ਜਾਂ ਪਾਣੀ ਗੁਣਗੁਣਾ ਪਾਣੀ ਪੀ ਸਕਦੇ ਹੋ ਜਾਂ ਫਿਰ ਪਾਣੀ ਨੂੰ ਉਬਾਲ ਕੇ ਫਿਰ ਠੰਡਾ ਕਰ ਲਓ ਫਿਰ ਪੀ ਸਕਦੇ ਹੋ। ਘੜੇ ਵਾਲਾ ਪਾਣੀ ਪੀਣ ਦੀ ਕੋਸ਼ਿਸ਼ ਕਰੋ, ਘੜੇ ਵਾਲੇ ਪਾਣੀ ਨੂੰ ਉਬਾਲ ਕੇ ਪੀ ਲਓ ਜਾਂ ਫਿਲਟਰ ਵਾਲਾ ਪਾਣੀ ਪੀ ਲਓ। ਫਰੂਟਸ ਆ ਜਿਹੜੇ ਵਧੀਆ ਖਾਓ, ਹੈਲਥੀ ਡਾਇਟ ਫੋਲੋ ਕਰੋ ਅਤੇ ਹੋ ਸਕਦਾ ਤਾਂ ਥੋੜ੍ਹਾ ਬਹੁਤਾ ਯੋਗਾ ਵੀ ਕਰ ਲਓ ਕਿਉਂਕਿ ਯੋਗਾ ਸਕਿੰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਸਕਿੰਨ ਨੂੰ ਜਿਹੜਾ ਹੈਲਦੀ ਵੀ ਰੱਖਦਾ ਅਤੇ ਸਕਿੰਨ ਆਪਣੀ ਗਲੋ ਵੀ ਵੱਧ ਤੋਂ ਵੱਧ ਕਰਦੀ ਹੈ, ਸਕਿੰਨ ਨੂੰ ਜਿਹੜਾ ਬਹੁਤ ਜ਼ਿਆਦਾ ਨਿਖਾਰ ਆਉਂਦਾ ਸਕਿੰਨ ਦੇ ਉੱਪਰ ਇਹ ਸਾਰੀਆਂ ਟਿਪਸ ਨੂੰ ਫੋਲੋ ਕਰਕੇ। ਐਂਡ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿਹੜੀ ਮੇਰੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਗੀ। ਜੇਕਰ ਤੁਹਾਨੂੰ ਮੇਰਾ ਇਹ ਨੈਚੁਰਲ ਸਕਿੰਨ ਕੇਅਰ ਮੌਨਸੂਨ ਸਕਿੰਨ ਕੇਅਰ ਵਧੀਆ ਲੱਗੇ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਮੇਰੀ ਵੀਡੀਓ ਨੂੰ ਐਂਡ ਮੇਰੇ ਚੈਨਲ ਨੂੰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਿਓ। ਸਬਸਕ੍ਰਾਈਬ ਦਾ ਜਿਹੜਾ ਰੈੱਡ ਬਟਨ ਆ ਰਿਹਾ ਨੀਚੇ ਉਹਨੂੰ ਪ੍ਰੈਸ ਕਰ ਲਿਓ, ਉਸ ਦੇ ਨਾਲ ਘੰਟੀ ਦਾ ਆਇਕਨ ਆਊਗਾ ਉਹਨੂੰ ਵੀ ਪ੍ਰੈਸ ਕਰ ਲਿਓ। ਘੰਟੀ ਦਾ ਆਇਕਨ ਦੱਬਣ ਨਾਲ ਤੁਹਾਡੇ ਕੋਲ ਸਭ ਤੋਂ ਪਹਿਲਾਂ ਮੇਰੀ ਵੀਡੀਓ ਪਹੁੰਚਾਇਆ ਕਰੂਗੀ ਜੋ ਵੀ ਮੈਂ ਨਵੀਂ ਵੀਡੀਓ ਪਾਇਆ ਕਰੂੰਗੀ। ਜੇਕਰ ਤੁਹਾਡੇ ਕੋਲ ਕੋਈ ਕੁਐਸਚਨ ਹੁੰਦੇ ਆ, ਤੁਹਾਡੇ ਕੋਈ ਸਵਾਲ ਹੁੰਦੇ ਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਤੇ ਮੈਂ ਤੁਹਾਡੇ ਲਈ ਇਹ ਵੀਡੀਓ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰੂੰਗੀ। ਅਤੇ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਇਹ ਵਾਲੀ ਵੀਡੀਓ ਦੇਖਣ ਵਾਸਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।